ਨਜ਼ਮ ਦਾ ਸਰਨਾਮਾ ਹੈ ਮਿਸ ਕਾਲ। ਮੰਗਣ ਵਾਲਾ ਇੱਕ ਦਿਨ ਸਾਵੇਂ ਘਰ ਆ ਕੇ ਕਹਿਣ ਲੱਗਾ, ਹੌਲੀ ਜਿਹੀ ਨਿਬੂਆ ਖੜਕਾ ਕੇ, ਨਾ ਹੀ ਮੈਂ ਫਕੀਰ ਹਾਂ ਤੇ ਨਾ ਹੀ ਮੰਗਣ ਵਾਲਾ ਵਾਂ, ਆਪਣੀ ਸਵਾਣੀ ਕੋਲੋਂ ਮੈਂ ਤੇ ਸੰਗਣ ਵਾਲਾ ਵਾਂ। ਇਹੋ ਜਿਹੇ ਦਿਨ ਰੱਬ ਕਿਸੇ ਨੂੰ ਵਿਖਾਏ ਨਾ, ਕਿਸੇ ਨੂੰ ਵੀ ਕਿਸੇ ਦੇ ਬੂਹੇ ਤੇ ਕਲਾਏ ਨਾ। ਤੇ ਵਿੱਚ ਪਰਦੇਸੇ ਵੇਖ ਬੈਠੀ ਮੇਰੀ ਦਾਦੀ ਨਹੀਂ, 3 ਦਿਨ ਹੋ ਗਏ ਆਪਾਂ ਰੋਟੀ ਮੈਂ ਤੇ ਖਾਧੀ ਨਹੀਂ, ਵਾਸਤਾ ਹੀ ਰੱਬ ਦਾ ਤੂੰ ਪਾਵੀ ਨਾ ਤਫਰਕਾ, ਰੋਟੀ ਇੱਕ ਦੇ ਦੇ ਨਿੱਕੇ ਬੱਚਿਆਂ ਦਾ ਸਦਕਾ। ਤੇ ਆਪਾਂ ਅੱਗੋਂ ਕਹਿਣ ਲੱਗੀ ਢਿੱਲਾ ਮੂੰਹ ਕਰਕੇ, ਠੰਡਾ ਜਿਹਾ ਮਿੱਠਾ ਜਿਹਾ ਨਿੱਕਾ ਹੋਕਾ ਭਰ ਕੇ, ਸੱਚ ਬਿਆਨ ਮੈਂ ਭੁੱਖ ਕਿਸੇ ਦੀ ਵੀ ਸੱਕੀ ਨਹੀਂ, ਆਇਆ ਏ ਬੇਟਾਇਮਾ ਵੀਰਾ ਰੋਟੀ ਹਲੇ ਪੱਕੀ ਨਹੀਂ। ਮੰਗਣ ਵਾਲਾ ਇੱਕ ਦਿਨ ਸਾਵੇਂ ਘਰ ਆ ਕੇ ਕਹਿਣ ਲੱਗਾ, ਹੌਲੀ ਜਿਹੀ ਨਿਬੂਆ ਖੜਕਾ ਕੇ, ਨਾ ਹੀ ਮੈਂ ਫਕੀਰ ਹਾਂ ਤੇ ਨਾ ਹੀ ਮੰਗਣ ਵਾਲਾ ਵਾਂ, ਆਪਣੀ ਸਵਾਣੀ ਕੋਲੋਂ ਮੈਂ ਤੇ ਸੰਗਣ ਵਾਲਾ ਵਾਂ। ਇਹੋ ਜਿਹੇ ਦਿਨ ਰੱਬ ਕਿਸੇ ਨੂੰ ਵਿਖਾਏ ਨਾ, ਕਿਸੇ ਨੂੰ ਵੀ ਕਿਸੇ ਦੇ ਬੂਹੇ ਤੇ ਕਲਾਏ ਨਾ, ਕਿਸੇ ਨੂੰ ਵੀ ਕਿਸੇ ਦੇ ਬੂਹੇ ਤੇ ਕਲਾਏ ਨਾ। ਵਿੱਚ ਪਰਦੇਸੇ ਵੇਖ ਬੈਠੀ ਮੇਰੀ ਦਾਦੀ ਨਹੀਂ, 3 ਦਿਨ ਹੋ ਗਏ ਆਪਾਂ ਰੋਟੀ ਮੈਂ ਤੇ ਖਾਧੀ ਨਹੀਂ, ਵਾਸਤਾ ਹੀ ਰੱਬ ਦਾ ਤੂੰ ਪਾਵੀ ਨਾ ਤਫਰਕਾ, ਰੋਟੀ ਇੱਕ ਦੇ ਦੇ ਨਿੱਕੇ ਬੱਚਿਆਂ ਦਾ ਸਦਕਾ। ਆਪਾਂ ਅੱਗੋਂ ਕਹਿਣ ਲੱਗੇ ਢਿੱਲਾ ਮੂੰਹ ਕਰਕੇ, ਠੰਡਾ ਜਿਹਾ ਮਿੱਠਾ ਜਿਹਾ ਨਿੱਕਾ ਹੋਕਾ ਭਰ ਕੇ, ਸੱਚ ਪਿਆ ਮੈਂ ਭੁੱਖ ਕਿਸੇ ਦੀ ਵੀ ਸੱਕੀ ਨਹੀਂ, ਆਇਆ ਏ ਬੇਟਾਇਮਾ ਵੀਰਾ ਰੋਟੀ ਹਲੇ ਪੱਕੀ ਨਹੀਂ। ਤੇ ਬਹਿ ਗਿਆ ਬਾਬਾ ਹੱਥ ਮੱਥੇ ਉੱਤੇ ਧਰ ਕੇ, ਕਹਿਣ ਲੱਗਾ ਫਿਰ ਸੀ ਉਹ ਕੌਲਾ ਘੁੱਟ ਕਰਕੇ, 03406 ਕੱਢ ਕੇ ਮੋਬਾਈਲ ਜੀ, 613-9050 ਕਰ ਦੇਣਾ ਡੈਲ ਜੀ, 613-9050 ਕਰ ਦੇਣਾ ਡੈਲ ਜੀ, ਪੱਕ ਜਾਵੇ ਰੋਟੀ ਜਦੋਂ ਦੇਣਾ ਮਿਸ ਕਾਲ ਜੀ, ਭੁੱਖਾਂ ਨਾਲ ਮਰੇ ਆ ਵੇਖ ਲਵੋ ਹਾਲ। ਜੀਰੋ 3406